ਤਾਂ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਸਕੂਟੀ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਤਾਂ ਦੂਸਰੇ ਨੌਜਵਾਨ ਦੇ ਧੜਾਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਬਿਜਲੀ ਮਕੈਨਿਕ ਦੱਸਿਆ ਜਾ ਰਿਹਾ, ਉਹ ਨੌਜਵਾਨ ਮ੍ਰਿਤਕ ਬਿਜਲੀ ਮਕੈਨਿਕ ਸੀਗਾ ਅਤੇ ਕਿਸੇ ਦੇ ਘਰ ਗੀਜ਼ਰ ਲਾਉਣ ਦੇ ਲਈ ਜਾ ਰਿਹਾ ਸੀਗਾ ਤਾਂ ਅਚਾਨਕ ਉਸਦੇ ਉੱਪਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਚਾਰ ਰਾਊਂਡ ਫਾਇਰ ਕੀਤੇ ਜਾਂਦੇ ਨੇ, ਜਿਸ ਦੌਰਾਨ ਉਸ ਬਿਜਲੀ ਮਕੈਨਿਕ ਦੀ ਗੋਲੀ ਲੱਗ ਜਾਂਦੀ, ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ, ਜਿਸ ਤੋਂ ਬਾਅਦ ਉਸਦੀ ਹਸਪਤਾਲ ਦੇ ਵਿੱਚ ਜਿਹੜੀ ਹੈ ਮੌਤ ਹੋ ਜਾਂਦੀ ਹੈ। ਤਾਂ ਵੱਡੀ ਖਬਰ ਹੈ ਤਾਂ ਗੋਲੀਆਂ ਦੇ ਨਾਲ ਆਸ ਪਾਸ ਦੇ ਲੋਕ ਵੀ ਜਿਹੜੇ ਨੇ ਸਹਿਮ ਗਏ ਨੇ ਤਾਂ ਦਹਿਸ਼ਤ ਦਾ ਮਾਹੌਲ ਜਿਹੜਾ ਗਾ ਬਣਿਆ ਹੋਇਆ। ਤਾਂ ਬਠਿੰਡਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ। ਬਠਿੰਡਾ ਦੇ ਫੌਜੀ ਚੌਂਕ ਤੋਂ ਮਹਿਣਾ ਚੌਂਕ ਨੂੰ ਜਾਣ ਵਾਲੀ ਜੋ ਸੜਕ ਹੈ, ਜੋ ਉੱਥੇ ਪੂਰੀ ਜਿਹੜੀ ਇਹ ਘਟਨਾ ਵਾਪਰੀ ਹੈ, ਮਹਿਣਾ ਚੌਂਕ ਦੇ ਨਜ਼ਦੀਕ ਇਹ ਘਟਨਾ ਵਾਪਰੀ ਹੈ। ਇੱਕ ਨੌਜਵਾਨ ਜਿਹੜਾ ਕਿ ਬਠਿੰਡੇ ਰਹਿੰਦਾ ਸੀ, ਕਿਰਾਏ ਦੇ ਮਕਾਨ 'ਤੇ ਰਹਿੰਦਾ ਸੀ, ਬਿਜਲੀ ਮਕੈਨਿਕ ਦੱਸਿਆ ਜਾ ਰਿਹਾ ਕਿ ਬਿਜਲੀ ਮਕੈਨਿਕ ਸੀਗਾ ਤਾਂ ਕਿਸੇ ਦੇ ਘਰ ਗੀਜ਼ਰ ਲਾਉਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਸਦੇ ਉੱਪਰ ਮੋਟਰਸਾਈਕਲ 'ਤੇ ਆਏ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ। ਚਾਰ ਰਾਊਂਡ ਫਾਇਰ ਕੀਤੇ ਗਏ ਨੇ ਤਾਂ ਉੱਧਰ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਕਿਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ। ਤਾਂ ਖਬਰ ਵੱਡੀ ਖਬਰ ਹੈ, ਬਠਿੰਡਾ ਦੇ ਵਿੱਚ ਭੀੜ ਭਾੜ ਵਾਲਾ ਇਲਾਕਾ, ਜੇ ਅਸੀਂ ਦੇਖਿਆ ਜਾਵੇ ਤਾਂ ਫੌਜੀ ਚੌਂਕ ਤੋਂ ਜਿਹੜਾ ਮਹਿਣਾ ਚੌਂਕ ਤੱਕ ਜੋ ਵੀ ਹੈ ਬਾਜ਼ਾਰ ਹੈਗੇ ਨੇ, ਲੋਕਾਂ ਦੇ ਆਸ ਪਾਸ ਘਰ ਵੀ ਹੈਗੇ ਨੇ, ਤਾਂ ਭੀੜ ਭਾੜ ਵਾਲਾ ਇਲਾਕਾ, ਪਰ ਉਸ ਇਲਾਕੇ ਦੇ ਵਿੱਚ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਇੱਥੋਂ ਸਿੱਧ ਹੁੰਦਾ ਕਿ ਕਿੰਨੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ, ਕਿੰਨੇ ਬੇਖੌਫ ਹੋ ਕੇ ਉਹ ਅਜਿਹੀਆਂ ਵਾਰਦਾਤਾਂ ਨੂੰ ਜਿਹੜੇ ਨੇ ਅੰਜਾਮ ਦੇ ਰਹੇ ਨੇ। ਦਿਨ ਦਿਹਾੜੇ ਚਿੱਟੇ ਦਿਨ ਅਜਿਹੀਆਂ ਵਾਰਦਾਤਾਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਨੇ। ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੁਲਿਸ ਦਾ, ਪ੍ਰਸ਼ਾਸਨ ਦਾ ਜ਼ਰਾ ਵੀ ਕੋਈ ਖੌਫ ਨਹੀਂ ਹੈ, ਤਾਂ ਬੇਖੌਫ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਜੋ ਹੈ ਅੰਜਾਮ ਦੇ ਰਹੇ ਨੇ। ਤਾਂ ਬਿਜਲੀ ਮਕੈਨਿਕ ਕਿਰਾਏ 'ਤੇ ਰਹਿੰਦਾ ਸੀ ਬਠਿੰਡੇ ਦੇ ਵਿੱਚ, ਤਾਂ ਕਿਸੇ ਦੇ ਘਰ ਗੀਜ਼ਰ ਲਾਉਣ ਦੇ ਲਈ ਜਾ ਰਹੇ ਸੀ ਤਾਂ ਅਚਾਨਕ ਉਸਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਹਸਪਤਾਲ ਉਸਨੂੰ ਭਰਤੀ ਕਰਵਾਇਆ ਜਾਂਦਾ, ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਗੋਲੀ ਜਿਹੜੀ ਹੈ ਘਰ ਦੇ ਬਾਹਰ ਇੱਕ ਖੜੀ ਕਾਰ ਦੇ ਵਿੱਚ ਵੀ ਜਿਹੜੀ ਹੈ ਲੱਗੀ ਹੈ, ਤਾਂ ਪੁਲਿਸ ਵੱਲੋਂ ਆਸ ਪਾਸ ਦੇ ਸਾਰੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਤਾਂ ਜੋ ਪਤਾ ਲੱਗ ਸਕੇ, ਕੋਈ ਪਛਾਣ ਹੋ ਸਕੇ ਹਮਲਾਵਰਾਂ ਦੀ, ਤਾਂ ਕਿਹਨਾਂ ਦੇ ਵੱਲੋਂ ਜਿਹੜੀ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਵੱਡੀ ਵਾਰਦਾਤ ਗੋਲੀਆਂ ਦੇ ਨਾਲ ਦਿਨ ਦਿਹਾੜੇ ਬਠਿੰਡਾ ਜਿਹੜਾ ਗਾ ਦਹਿਲਿਆ, ਭੀੜ ਭਾੜ ਵਾਲਾ ਇਲਾਕਾ ਮਹਿਣਾ ਚੌਂਕ ਜਿੱਥੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਗੋਲੀਆਂ ਨਾਲ ਇੱਕ ਨੌਜਵਾਨ ਨੂੰ ਪਾਉਣ ਦਿੱਤਾ ਗਿਆ, ਉਸਦੀ ਮੌਤ ਹੋ ਜਾਂਦੀ ਹੈ। ਤਾਂ ਵੱਡੀ ਖਬਰ ਹੈ ਤਾਂ ਨਿਤ ਦਿਨ ਗੋਲੀਬਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਫਾਇਰਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਤਾਂ ਬੇਖੌਫ ਹੋ ਕੇ ਲੁੱਟ ਜਿਹੜੇ ਹਮਲਾਵਰ ਨੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਤਾਂ ਵੱਡੀ ਵਾਰਦਾਤ ਜਿਹੜੀ ਆ ਬਠਿੰਡਾ ਦੇ ਵਿੱਚ ਹੋਈ ਹੈ। ਸਰ ਕੀ ਹੈ ਮਾਮਲਾ ਜਿਹੜੀ ਅੱਜ ਇੱਥੇ ਮਹਿਣਾ ਚੌਂਕ ਦੇ ਵਿੱਚ ਗੋਲੀ ਚੱਲੀ ਜਾਂਦਾ? ਇਹ ਮੁੰਡਾ ਇੱਕ ਨਿਰਮਲ ਨਾਂ ਦਾ ਜੋ ਵਿਅਕਤੀ ਸੀਗਾ, ਇਹ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ। ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਜਿੱਥੋਂ ਨਿਕਲਿਆ ਸੀਗਾ ਦੁਕਾਨ ਦੇ ਉੱਤੋਂ, ਮਹਿਣਾ ਚੌਂਕ ਦੇ ਵਿੱਚ ਇਹਨਾਂ ਦੀ ਸ਼ੋਪ ਹੈ ਜਿੱਥੇ ਕੰਮ ਕਰਦੇ ਆ, ਉੱਥੋਂ ਦੋ ਜਣੇ ਸਕੂਟਰੀ ਤੋਂ ਉੱਪਰ ਨਿਕਲੇ ਸੀ, ਪਿੱਛੋਂ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦਿਆਂ ਨੇ ਆ ਕੇ, ਪਹਿਲਾਂ ਮੋਟਰਸਾਈਕਲ ਜਿਹੜੀ ਇਹਨੇ ਸਕੂਟਰੀ ਸੀਗੀ ਉਹਨੂੰ ਲੱਤ ਮਾਰ ਕੇ ਨੀਚੇ ਡੇਗ ਲਿਆ, ਉਸ ਤੋਂ ਬਾਅਦ ਇਹਨਾਂ 'ਤੇ ਫਾਇਰ ਕਰਤੇ, ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਹੈਗਾ ਉਹ 'ਤੇ ਇੱਕ ਫਾਇਰ ਲੱਗਿਆ ਅਤੇ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਾਲ ਇੱਥੋਂ ਭੇਜ ਦਿੱਤਾ ਗਿਆ। ਸਰ ਕੀ ਹਾਲਾਤ ਨੇ, ਜੋ ਡਾਕਟਰ ਵੱਲੋਂ ਤਾਂ ਡਿਕਲੇਅਰ ਕਰ ਦਿੱਤਾ ਗਿਆ ਵੀ ਉਹਨੇ ਗੱਲ? ਹਾਂ, ਉਹਨੂੰ ਇੱਥੋਂ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸੀਗਾ
ਅਤੇ ਜਿਹੜੀ ਹੈਗੀ ਆ ਉੱਥੋਂ ਸਾਡੇ ਜਿਹੜੀ ਮੌਕੇ 'ਤੇ ਪਾਰਟੀ ਪਹੁੰਚੀ ਹੈ ਸਿਵਲ ਹੋਸਪਿਟਲ ਦੇ ਵਿੱਚ, ਉਹਨਾਂ ਨੇ ਦੱਸਿਆ ਕਿ ਉੱਥੇ ਜਿਹੜੀ ਹੈਗੀ ਉੱਥੇ ਜਾ ਕੇ ਮੌਤ ਹੋ ਗਈ। ਕਾਰਨਾਂ ਦਾ ਪਤਾ ਲੱਗਿਆ ਕੁਛ, ਕਿੱਥੋਂ ਦਾ ਮੁੰਡਾ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀਲਿਮਿਨਰੀ ਇਨਕੁਆਇਰੀ ਦੇ ਵਿੱਚ ਇਹੀ ਹੈ ਕਿ ਬਠਿੰਡਾ ਦਾ ਰਹਿਣ ਵਾਲਾ, ਮੈਨਾ ਚੌਂਕ ਦੇ ਵਿੱਚ ਸ਼ਾਇਦ ਇਹਦਾ ਘਰ ਹੈ ਅਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ। ਕਿੰਨੇ ਰਾਊਂਡ ਫਾਇਰ ਹੋਏ ਸਰ? ਦੇਖੋ ਫਿਲਹਾਲ ਅਜੇ ਇਸ ਬਾਰੇ ਕਹਿਣਾ ਜਿਹੜਾ ਹੈਗਾ ਪ੍ਰੀਲਿਮਿਨਰੀ ਸਟੇਜ ਹੈ, 3-4 ਰਾਊਂਡ ਫਾਇਰ ਕੀਤੇ ਆ, ਉਹਦੇ ਵਿੱਚ ਇੱਕ ਤਾਂ ਗੋਲੀ ਉਹਦੇ ਲੱਗੀ ਹੋਈ ਹੈ ਅੱਖ ਦੇ ਕਰੀਬ ਜਿਹੜੀ ਹੈਗੀ ਹੈ, ਬਾਕੀ ਜਿਹੜਾ ਫਰਦਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਸਰ ਮੁੱਢਲੇ ਹਾਲਾਤਾਂ ਦਾ ਕੋਈ ਸੀਸੀਟੀਵੀ ਕੈਮਰਾ ਜਾਂ ਹੋਰ ਸਾਹਮਣੇ ਆ ਹੋਵੇ? ਇਹਦੇ ਵਿੱਚ ਮਾਣਯੋਗ SSP ਸਾਹਿਬ ਬਠਿੰਡਾ ਵੱਲੋਂ ਮੌਕੇ 'ਤੇ ਜਿਹੜੀਆਂ ਪੁਲਿਸ ਪਾਰਟੀਆਂ ਵੱਖ ਵੱਖ ਬਣਾ ਦਿੱਤੀਆਂ ਗਈਆਂ ਨੇ, ਸੋ ਇਸ ਏਰੀਏ ਦੇ ਜਿਹੜੇ CCTV ਕੈਮਰੇ ਚੈੱਕ ਕਰਕੇ ਫਰਦਰ ਜਿਹੜੇ ਟੈਕਨੀਕਲ ਚੀਜ਼ਾਂ ਐਨਾਲਾਈਜ਼ ਕਰਕੇ ਇਹ ਪਤਾ ਲਗਾ ਲਿਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ, ਕਿਉਂ ਸੀਗਾ, ਵਜ੍ਹਾ ਰਜਿਸਟ ਜਲਦੀ ਪਤਾ ਕਰ ਲਈ ਜਾਊਗਾ। ਸਰ ਵਾਈਪਨ ਕਿਹੜਾ ਯੂਜ਼ ਹੋਇਆ ਕੁਛ ਪਤਾ ਲੱਗਿਆ? ਸਰ ਕੀ ਮਾਮਲਾ ਜੀ, ਕੀ ਘਟਨਾ ਹੋਈ? ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ ਜੀ ਇੱਕ ਲਗਭਗ 30 ਸਾਲ ਦੇ ਨੌਜਵਾਨ ਨੂੰ ਲਿਆਂਦਾ ਗਿਆ, ਜਿਸ ਦੀ ਜਾਂਚ ਕਰਨ ਉਪਰੰਤ ਪਤਾ ਲੱਗਿਆ ਕਿ ਉਸਦੀ ਮੌਤ ਹੋ ਚੁੱਕੀ ਸੀਗੀ। ਅੱਛਾ। ਅਤੇ ਬੋਡੀ ਨੂੰ ਮੋਰਚਰੀ ਦੇ ਵਿੱਚ ਸ਼ਿਫਟ ਕਰਕੇ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਰੁਕਾ ਭੇਜ ਦਿੱਤਾ ਗਿਆ। ਸਰ ਕੋਈ ਗੋਲੀ ਲੱਗਣ ਦੀ ਗੱਲ ਸਾਹਮਣੇ? ਉਹਨਾਂ ਦੇ ਦੱਸਣ ਮੁਤਾਬਕ ਜੀ ਇਸਦੀ ਜਿਹੜੀ ਮੌਤ ਹੈ ਗੋਲੀ ਲੱਗਣ ਕਰਕੇ ਆਈ ਹੈ, ਪਰ ਮੌਤ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਪੋਸਟਮਾਰਟਮ ਕਰਨ ਉਪਰੰਤ ਹੀ ਪਤਾ ਲੱਗੇਗਾ। ਇਸ ਮੱਥੇ 'ਤੇ ਇੱਕ ਜੀ ਨਿਸ਼ਾਨ ਹੈਗਾ, ਉਸਦਾ ਪੋਸਟਮਾਰਟਮ ਦੇ ਕਰਨ ਉਪਰੰਤ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਿਸ ਕਾਰਨ ਮੌਤ ਹੋਈ।